ਗੱਲਾਂ ਅਸੀਂ ਅਨੋਖੀਆਂ ਘਾਲ ਦੇ ਰਹੇ ਉਹ ਖੋਲਣ ਵਾਸਤੇ ਗੁੰਝਲੀ ਜ਼ੁਲਫ ਤੇਰੀ ਉਹ ਖਿਆਲ ਗੁੰਝਲੇ ਕਈ ਖਿਆਲ ਦੇ ਰਹੇ ਉਹ ਤੇਰੇ ਰਾਵਾਂ ਤੇ ਆਉਣ ਦੀ ਸੋ ਸੁਣ ਕੇ ਦੀਵੇ ਆਪਣੇ ਨੈਣਾਂ ਚੋਂ ਬਾਲ ਦੇ ਰਹੇ ਹੋਏ ਜੋਗ ਧਾਰਿਆ ਕੰਨ ਪੜਵਾਏ ਦੋਵੇਂ ਤੇ ਸੜਕੇ ਥਲਾਂ ਵਿੱਚ ਵੀ ਤੈਨੂੰ ਭਾਲ ਦੇ ਰਹੇ ਹੋ ਤੈਨੂੰ ਵਿਆਉਣ ਲਈ ਖੀਰ ਸਲੇਟੀਏ ਨੀ ਤੈਨੂੰ ਵਿਆਉਣ ਲਈ ਖੀਰ ਸਲੇਟੀਏ ਨੀ ਮਹਿੰਦੀ ਲਾ ਲਈ ਰਾਂਝੇ ਕੁਆਰਿਆਂ ਨੇ ਨੀ ਹੱਸ ਹੱਸ ਕੇ ਸੂਲੀ ਨੂੰ ਚੁੰਮ ਲਿਆ ਤੇ ਭਾਰਤ ਮਾਂ ਦੇ ਰਾਜ ਦੁਲਾਰਿਆਂ ਨੇ ਹੱਸ ਹੱਸ ਕੇ ਸੂਲੀ ਨੂੰ ਚੁੰਮ ਲਿਆ ਭਾਰਤ ਮਾਂ ਦੇ ਰਾਜ ਦੁਲਾਰਿਆਂ ਨੇ ਬਹੁਤ ਹੀ ਸਤਿਕਾਰਯੋਗ ਅੱਜ ਇਸ ਸ਼ੰਭੂ ਮੋਰਚੇ ਦੇ ਵਿੱਚ ਪਹੁੰਚੇ ਹੋਏ ਸਾਰੇ ਹੀ ਪੰਜਾਬ ਤੋਂ ਮੇਰੇ ਬਜ਼ੁਰਗ ਵੀਰ ਹੋਰ ਨੌਜਵਾਨ ਸਾਥੀ ਭੈਣਾਂ ਅਤੇ ਬੱਚੇ ਸਾਰੇ ਗੱਜ ਕੇ ਵਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਸਤੋ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਅੱਜ ਪੰਜਾਬ ਦੇ ਹਾਲਾਤ ਕੀ ਨੇ ਔਰ ਇਹ ਕਿਹੜੇ ਪਾਸੇ ਨੂੰ ਜਾ ਰਹੇ ਨੇ ਸਰਕਾਰਾਂ ਕੀ ਕਰ ਰਹੀਆਂ ਨੇ ਔਰ ਜਿਹੜੇ ਲੋਕ ਨੇ ਉਹ ਵਿਚਾਰੇ ਕੋਈ ਟੂਲ ਪਲਾਜ਼ਿਆਂ 'ਤੇ ਬੈਠਾ ਕੋਈ ਮੌਲ ਦਾ ਮੌਲਾਂ ਨੂੰ ਘੇਰੀ ਬੈਠਾ ਕੋਈ ਸੜਕਾਂ 'ਤੇ ਬੈਠਾ ਕੋਈ ਰੇਲਾਂ ਦੀਆਂ ਲਾਈਨਾਂ ਦੀਆਂ ਪਟੜੀਆਂ ਮੱਲੀ ਦੱਬੀ ਬੈਠਾ। ਤਾਂ ਵੀਰੋ ਜੇ ਆਪਾਂ ਕਹੀਏ ਵੀ ਇਨਸਾਫ ਦੀ ਆਸ ਆ ਇੱਥੋਂ ਮੈਨੂੰ ਤਾਂ ਨਹੀਂ ਲੱਗਦੀ, ਤੁਹਾਨੂੰ ਲੱਗਦੀ ਹੋਵੇ ਤਾਂ ਪਤਾ ਨਹੀਂ ਆਪੋ ਆਪਣੀ ਸੋਚ ਹੁੰਦੀ ਆ। ਇਹ ਕਿਉਂ ਨਹੀਂ ਇਨਸਾਫ ਦੀ ਆਸ ਕਿਉਂ ਨਹੀਂ? ਕਿਉਂਕਿ ਸਾਨੂੰ ਅਸੀਂ ਦੇਖੋ ਆਜ਼ਾਦੀ ਦੇ ਵਿੱਚ ਕੀ ਨਹੀਂ ਕੀਤਾ, ਇਹਨਾਂ ਵਾਸਤੇ ਵੱਧ ਚੜ੍ਹ ਕੇ ਲੜੇ ਹਾਂ, ਕੁਰਬਾਨੀਆਂ ਦਾ ਕੋਈ ਅੰਤ ਨਹੀਂ ਛੱਡਿਆ, ਪਰ ਸਾਨੂੰ ਮਿਲਿਆ ਕੀ? ਅਜੇ ਵੱਡੇ ਟੁੱਕੇ ਪੰਜਾਬ ਦੇ ਵਿੱਚ ਆਏ ਹੀ ਸੀ, ਪਹੁੰਚੇ ਹੀ ਸੀ ਕਿ ਉਸੇ ਟਾਈਮ ਜਿਹੜਾ ਨਹਿਰੂ ਇਹ ਕਹਿੰਦਾ ਸੀ ਬਈ ਤੁਹਾਨੂੰ ਉੱਤਰੀ ਭਾਰਤ ਦੇ ਵਿੱਚ ਇੱਕ ਇਹੋ ਜਿਹਾ ਖਿੱਤਾ ਲੈ ਕੇ ਦਊਂਗਾ, ਇਹੋ ਜਿਹਾ ਖਿੱਤਾ ਸਿੱਖੋ ਤੁਹਾਨੂੰ ਲੈ ਕੇ ਦਊਂਗਾ, ਬਈ ਤੁਸੀਂ ਯਾਦ ਕਰੋਗੇ ਤੁਸੀਂ ਲਾਹੌਰ ਨੂੰ ਭੁੱਲ ਜਾਓਗੇ। ਹੋਇਆ ਕੀ? ਹੋਇਆ ਕੀ ਸਾਡੇ ਨਾਲ? ਉਹਨੇ ਆਉਂਦੀ ਸਾਰੇ ਡੀਸੀਆਂ ਨੂੰ ਸਰਕੂਲਰ ਕੱਢਤਾ, ਕਹਿੰਦਾ ਇਹ ਜਿਹੜੇ ਲੋਕ ਨੇ ਨਾ ਇਹ ਜਰਾਇਮ ਪੇਸ਼ਾ ਨੇ, ਮਤਲਬ ਇਹ ਜੁਰਮ ਕਰਨ ਦੇ ਆਦੀ ਨੇ, ਇਹਨਾਂ ਦੇ ਉੱਤੇ ਖਾਸ ਨਿਗਾਹ ਰੱਖੀ ਜਾਵੇ, ਤੁਹਾਨੂੰ ਇਹ ਆਉਂਦੀ ਸਾਰੇ 47 ਤੋਂ ਬਾਅਦ ਤੁਹਾਨੂੰ ਇਨਾਮ ਮਿਲ ਗਿਆ ਸੀ। ਜਾਂ ਨਹਿਰੂ ਨਾਲ ਗੱਲ ਕੀਤੀ ਸਾਡੇ ਲੀਡਰਾਂ ਨੇ ਤਾਂ ਉਹ ਕਹਿੰਦਾ ਜੀ ਉਹ ਤਾਂ ਵਕਤ ਬਦਲ ਗਿਆ, ਹੁਣ ਕਿੱਥੇ, ਉਹ ਉਦੋਂ ਹੀ ਸੀ ਹੁਣ ਨਹੀਂ। ਸੋ ਵੀਰੋ ਗੱਲ ਇਹ ਆ ਬਈ ਇਹਨਾਂ ਨੇ ਕਦੇ ਭਲਾ ਨਹੀਂ ਗੁਜ਼ਾਰਿਆ ਆਪਣੇ ਨਾਲ। ਇਹਨਾਂ ਦੀ 1947 ਤੋਂ ਪਹਿਲਾਂ ਜਿਹੜੇ ਇਹ ਵੱਡੇ ਵੱਡੇ ਬੁੱਧੀਜੀਵੀ ਹਿੰਦੂ ਚਿੰਤਕ ਵੱਡੇ ਵੱਡੇ ਜਿਹੜੇ ਧਰਮ ਨਾਲ ਰਿਲੇਟਡ ਲੋਕ, ਇਹਨਾਂ ਦੀ ਇੱਕ ਕਾਨਫਰੰਸ ਹੋਈ ਇੰਗਲੈਂਡ ਦੇ ਵਿੱਚ। ਇਹਨਾਂ ਦੀ ਕਾਨਫਰੰਸ ਜਦ ਹੋਣ ਲੱਗੀ ਤਾਂ ਤੁਹਾਨੂੰ ਪਤਾ ਗੋਰੇ ਤਾਂ ਉਹਨਾਂ ਨੂੰ 50-100 ਸਾਲ ਗਾਹਾਂ ਸੋਚਦੇ ਨੇ, ਉਹ ਕਹਿੰਦੇ ਵੀ ਗੱਲ ਸੁਣੋ, ਕਾਨਫਰੰਸ ਕਰਨ ਲੱਗੇ ਹੋ, ਤੁਹਾਡਾ ਹਿੰਦੁਸਤਾਨ ਦੇ ਵਿੱਚ ਸਾਰਿਆਂ ਤੋਂ ਵੱਡਾ ਦੁਸ਼ਮਣ ਕੌਣ ਆ? ਲਓ ਜੀ ਸਾਰਿਆਂ ਨੇ ਇੱਕ ਦੂਜੇ ਕੰਨੀ ਦੇਖਿਆ, ਕਹਿੰਦੇ ਜੀ ਸਾਡਾ ਸਾਰਿਆਂ ਤੋਂ ਵੱਡਾ ਦੁਸ਼ਮਣ ਹੈ ਸਿੱਖ। ਉਹ ਗੋਰੇ ਜਿਹੜੇ ਖੜੇ ਸੀ ਉਹਨਾਂ ਦੇ ਪੈਰਾਂ ਥੱਲਿਓ ਜ਼ਮੀਨ ਨਿਕਲ ਗਈ। ਉਹ ਕਹਿੰਦਾ ਯਾਰ ਐਡੀ ਬਹਾਦਰ ਕੌਮ ਤੁਸੀਂ ਕਹਿੰਦੇ ਹੋ ਸਾਡੇ ਸਾਰਿਆਂ ਨਾਲੋਂ ਵੱਡੇ ਉਹ ਦੁਸ਼ਮਣ ਨੇ, ਉਹ ਦੁਸ਼ਮਣ ਕਿਉਂ ਨੇ ਆਪਣੇ? ਉੱਥੇ ਕਹਾਣੀ ਆਣ ਕੇ ਉੱਥੇ ਬਦਲਦੀ ਆ ਬਈ ਦੁਸ਼ਮਣ ਕਿਉਂ ਨੇ ਸਾਡੇ। ਦੇਖੋ
अज मुसलमानां नाल भी जो कुछ हो रहा है यूपी दे विच खबरां तां आउंदियां ही रहिंदियां ने, दलतां नाल जिहड़ा कुछ हो रहा है वह आपां नूं पता ही आ। ਉਹ ਇੱਥੇ ਕਹਾਣੀ ਇਹ ਆ ਬਈ ਇੱਥੇ ਬਾਬੇ ਨਾਨਕ ਦੀ ਫਿਲਾਸਫੀ ਭਿੜਦੀ ਆ ਇਹਨਾਂ ਦੇ ਨਾਲ ਹਿੰਦੂਆਂ ਦੇ ਨਾਲ। ਗੁਰੂ ਨਾਨਕ ਦੇਵ ਜੀ ਦਾ ਜਿਹੜਾ ਸਰਬ ਸਾਂਝੀ ਵਾਲਤਾ ਦਾ ਜਿਹੜਾ ਉਹਨਾਂ ਦਾ ਉਪਦੇਸ਼ ਹੈ ਉਹ ਭਿੜਦਾ, ਕਿਉਂਕਿ ਇਹ ਚਾਰ ਵਰਨਾਂ ਨੂੰ ਸਾਂਝੇ ਨੇ ਤੇ ਸਾਡਾ ਹਰਿਮੰਦਰ ਸਾਹਿਬ ਚਾਰੇ ਹੀ ਵਰਨਾਂ ਵਾਸਤੇ ਖੁੱਲ੍ਹਾ। ਫਰਕ ਇੱਥੇ ਆਉਂਦਾ, ਫਰਕ ਆਪਣਾ ਆ ਏ, ਉਹਨਾਂ ਨੇ ਸਾਨੂੰ ਇਕਨੋਮਿਕਲੀ ਆਰਥਿਕ ਤੌਰ ਤੇ ਤਾਂ ਉਹਨਾਂ ਨੇ ਸਾਨੂੰ ਗੁਲਾਮ ਕਰਨਾ ਹੀ ਕਰਨਾ ਚਾਹਿਆ ਹੋਇਆ ਉਹਨਾਂ ਨੇ, ਲੇਕਿਨ ਸਾਡੇ ਧਰਮ ਦੇ ਉੱਤੇ ਬਹੁਤ ਵੱਡੀ ਸੱਟ ਵੱਜ ਰਹੀ ਆ। ਇਹ ਇੱਕ ਪਾਸੇ ਮੋਦੀ ਦੇ 33 ਕਰੋੜ ਅੱਜ ਉਹ ਬਾਦਸ਼ਾਹ ਨਾ, ਜਦੋਂ ਗੁਰੂ ਨਾਨਕ ਦੇਵ ਜੀ ਨੇ ਇੱਕ ਉਹਨਾਂ ਦੀ ਪੰਕਤੀ ਆ ਬਈ ਜਗਤ ਦੇ ਵਿੱਚ ਸਿੱਕਾ ਮਾਰਿਆ, ਨਾਨਕ ਸਾਹਿਬ ਨੇ ਮਾਰਿਆ ਸਿੱਕਾ ਜਗਤ ਮੇ ਨਿਰਮਲ ਪੰਥ ਚਲਾਇਆ। ਸਿੱਕਾ ਸਾਧੂ ਸੰਤ ਤਾਂ ਮਾਰਦੇ ਨਹੀਂ, ਸਿੱਕਾ ਬਾਦਸ਼ਾਹ ਮਾਰਦਾ ਹੁੰਦਾ ਇੱਕੋ ਰਾਤ ਦੇ ਵਿੱਚ ਮੋਦੀ ਨੇ ਜੀ ਉਹ ਬਦਲਤੀ ਨੋਟਬੰਦੀ ਇੱਕੋ ਰਾਤ 'ਚ ਬਦਲਤਾ ਨਾ। ਇਹ ਜਿਹੜੇ ਬਾਦਸ਼ਾਹ ਹੁੰਦੇ ਨੇ ਇਹ ਸਿੱਕਾ ਮਾਰਦੇ ਹੁੰਦੇ ਨੇ ਪਬਲਿਕ ਦੇ ਵਿੱਚ, ਉਹ ਸਿੱਕਾ ਮਾਰਿਆ ਸੀਗਾ ਗੁਰੂ ਨਾਨਕ ਦੇਵ ਜੀ ਨੇ। ਸੰਤਾਂ ਵਾਲੀ ਕੋਈ ਗੱਲ ਨਹੀਂ ਸੀ, ਉਸੇ ਟਾਈਮ ਹੀ ਉਹਨਾਂ ਨੇ ਸ਼ੋਅ ਕਰਤਾ ਸੀ ਬਈ ਮੈਂ ਆ ਇਹਨਾਂ ਲਤਾੜੇ ਨਮਾਣੇ ਤੇ ਕਮਜ਼ੋਰ ਲੋਕ ਨੇ ਜਿਹੜੇ ਜਿਨ੍ਹਾਂ ਨੂੰ ਤੁਸੀਂ ਜਮਾਂ ਹੀ ਥੱਲੇ ਸਿੱਟਿਆ ਹੋਇਆ ਮੈਂ ਉਹਨਾਂ ਦੇ ਨਾਲ ਹਾਂ। ਉਹ ਸਿੱਕਾ ਮਾਰਨ ਦਾ ਮਤਲਬ ਉਹ ਸੀ। ਸੋ ਆਪਣੀ ਜਿਹੜੀ ਆਈਡੋਲੋਜੀ ਹੈ, ਗੁਰੂ ਨਾਨਕ ਦੀ ਫਿਲਾਸਫੀ ਹੈ ਜਿਹੜੀ, ਉਹ ਇਹਨਾਂ ਦੇ ਨਾਲ ਭਿੜਦੀ ਆ। ਅਰੇ ਉਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰ ਸਕਦੇ, ਕਿਉਂਕਿ ਜਿਹੜੇ ਇਹ ਹੁਣ ਬੈਠੇ ਨੇ ਨਾ ਗੱਦੀ 'ਤੇ ਇਹ ਥੋੜ੍ਹੇ ਜਿਹੇ ਨੇ, ਪਤਾ ਨਹੀਂ ਕਿੰਨਿਆਂ ਕੁ ਇਹਨਾਂ ਨੇ ਜਦੋ ਜਹਿਦ ਦੇ ਨਾਲ ਇੱਥੇ ਪਹੁੰਚੇ ਨੇ। 82 'ਚ 2 ਹੀ ਸੀਟਾਂ ਆਈਆਂ ਸੀਗੀਆਂ ਸਿਰਫ, ਇਹ ਇੱਥੇ ਪਹੁੰਚੇ ਨੇ, ਅੱਜ ਉਹਨਾਂ ਕੋਲ ਰਾਜ ਭਾਗ ਆ। ਅੱਜ ਇੱਕ ਪਾਸੇ ਮੋਦੀ ਦਾ 33 ਕਰੋੜ ਦੇਵੀ ਦੇਵਤਾ ਖੜ੍ਹਾ ਔਰ ਇੱਕ ਪਾਸੇ ਗੁਰੂ ਨਾਨਕ ਨਾਮ ਲੇਵਾ ਲੋਕ ਖੜੇ ਨੇ ਜਿਨ੍ਹਾਂ ਨੂੰ ਕਿ ਉਹ ਦਬਾ ਰਿਹਾ ਹੈ, ਔਰ ਉਹ ਦਬਾਊਗਾ ਹੀ ਦਬਾਊਗਾ ਜਿੰਨਾ ਚਿਰ ਉਹਦੀਆਂ ਬਾਹਾਂ ਦੇ ਵਿੱਚ ਜ਼ੋਰ ਆ। ਸੋ ਵੀਰੋ, ਇਸ ਲੜਾਈ ਨੂੰ ਲੜਨ ਵਾਸਤੇ ਆਪਾਂ ਨੂੰ ਤਕੜਾ ਹੋਣਾ ਪਊਗਾ, ਥੋੜ੍ਹਾ ਜਿਹਾ ਨਹੀਂ, ਹਾਲੇ ਤਾਂ ਸ਼ੁਰੂਆਤਾਂ ਨੇ, ਹਾਲੇ ਤਾਂ ਇਹ ਸ਼ੁਰੂਆਤਾਂ ਨੇ ਜੀ, ਇਸ ਲੜਾਈ ਨੇ ਬਹੁਤ ਅੱਗੇ ਜਾਣਾ। ਸੋ ਕੁਰਬਾਨੀ ਵਾਸਤੇ ਤਿਆਰ ਰਹੋ। ਇੱਕ ਥੋੜ੍ਹਾ ਜਿਹਾ ਫਾਇਦਾ ਆਪਣਾ ਕੀਤਾ ਡਾਕਟਰ ਅੰਬੇਦਕਰ ਸਾਹਿਬ ਨੇ, ਕਿਉਂਕਿ ਉਹਨੇ ਕਿਹਾ ਭਾਈ ਜਿਹੜਾ ਇਹ ਭਾਰਤ ਆ ਉਹ ਬਹੁ ਨਸਲੀ ਅਤੇ ਬਹੁ ਧਰਮੀ ਦੇਸ਼ ਆ, ਇੱਥੇ ਇਹ ਸੰਵਿਧਾਨ ਆ ਜਿਹੜਾ ਹਿੰਦੁਸਤਾਨ ਦਾ ਸਭ ਨੂੰ ਬੋਲਣ ਦੀ ਆਜ਼ਾਦੀ ਦਿੰਦਾ, ਸਭ ਨੂੰ ਆਪਣੇ ਤਰੀਕੇ ਨਾਲ ਰਹਿਣ ਦੀ ਆਜ਼ਾਦੀ ਦਿੰਦਾ, ਸਭ ਨੂੰ ਆਪਣੇ ਤਰੀਕੇ ਨਾਲ ਆਪਣੀ ਕੋਈ ਵੀ ਪਾਠ ਪੂਜਾ ਕਰ ਸਕਦਾ, ਚਾਹੇ ਉੱਥੇ ਸਵਾਹ ਲਾ ਕੇ ਬਹਿ ਜਾ, ਕੋਈ ਰੋਕ ਨਹੀਂ ਸਕਦਾ। ਇਹ ਯਾਨੀ ਇਹ ਆਪਾਂ ਨੂੰ ਅੰਬੇਦਕਰ ਸਾਹਿਬ ਦੇ ਗਿਆ, ਪਰ ਸਾਨੂੰ ਲੀਡਰ ਬਹੁਤ ਮਾੜੇ ਮਿਲੇ ਨੇ ਵੀਰ ਜੀ। 1936 ਦੇ ਵਿੱਚ ਡਾਕਟਰ ਅੰਬੇਦਕਰ ਮਾਸਟਰ ਤਾਰਾ ਸਿੰਘ ਦੇ ਕੋਲ ਆਇਆ, ਇਹ ਮੈਂ ਨਹੀਂ ਕਹਿੰਦਾ, ਇਤਿਹਾਸ ਕਹਿੰਦਾ ਇਹ। ਉਹ ਕਹਿੰਦਾ ਮੈਂ ਕਹਿੰਦਾ ਜੰਮਿਆ ਜ਼ਰੂਰ ਹਿੰਦੂ ਹਾਂ ਪਰ ਮੈਂ ਹਿੰਦੂ ਮਰਨਾ ਨਹੀਂ, ਅਤੇ ਮੈਨੂੰ ਤੁਸੀਂ ਐਂ ਕਰੋ ਮੈਨੂੰ ਤੁਸੀਂ ਸਿੱਖ ਧਰਮ ਦੇ ਵਿੱਚ ਸ਼ਾਮਿਲ ਕਰੋ। ਇਹ ਲੋਕਾਂ ਨੇ ਸਿਰਫ ਵੀ ਸਾਡੀ ਲੀਡਰੀ ਜਾਊ ਜੇ ਅੰਬੇਦਕਰ ਆ ਗਿਆ। ਉਸ ਟਾਈਮ 9 ਕਰੋੜ ਦਲਿਤ ਲੋਕ ਸੀ 1936 ਦੇ ਵਿੱਚ, ਅੱਜ ਉਹ 9 ਕਰੋੜ ਸਿੱਖ ਬਣਿਆ ਹੁੰਦਾ ਉਸ ਸਮੇਂ ਦਾ, ਅੱਜ ਕਹਾਣੀ ਤੁਹਾਡੀ ਕਿੱਥੇ ਜਾਣੀ ਸੀ। ਆ ਜਿਹੜੇ ਬਿਹਾਰ ਯੂਪੀ ਦੇ ਭਈਏ ਨਹੀਂ ਨਾ ਚੱਕਦੇ, ਉੱਠ ਨਹੀਂ ਰਹੇ, ਇਹਨਾਂ ਨੇ ਤਾਂ ਭੱਜੇ ਆਉਣਾ ਸੀ ਮਿੱਤਰੋ। ਗਲਤੀਆਂ ਸਾਡੀ ਲੀਡਰਸ਼ਿਪ ਨੇ ਬਹੁਤ ਕੀਤੀਆਂ ਨੇ, ਅਸੀਂ ਲੀਡਰਾਂ ਨੂੰ ਕੁਰਬਾਨੀ ਦੇ ਪੱਖੋਂ ਪਬਲਿਕ ਨੇ ਲੀਡਰਾਂ ਨੂੰ ਕੋਈ ਕਸਰ ਨਹੀਂ ਛੱਡੀ, ਪਰ ਇਹਨਾਂ ਨੇ ਸਾਡਾ ਸਾਥ ਨਹੀਂ ਦਿੱਤਾ।
लीडरां ने हर थां दे उत्ते धोखा खाधा, हरेक टेबल दे उत्ते जाके हरे ने, इन्हां नूं उह पता नहीं बाबी की उथर की खा के बैठे ने, उह इहदियां गल्लां च लैंदे ने, तुसीं आपणे कोल जवाब ही नहीं, फिर क्यों नहीं, क्योंकि असीं पढ़े नहीं, असीं सिर्फ जो सीना बसीना इतिहास साडे बाप दादियां ने सानूं दस्सिया साडे कोल उहनां किहा, उहनां दा मुकाबला करन लई आ किताबां दी लोड़ आ जिहड़ियां असीं पढ़दे नहीं। गां हुण साडे जवाकां नूं तां पता ही नहीं, उहनां नूं तां मोबाइल तों ही वेल नहीं मिलदा, उहनां नूं तां मोबाइल तों वेल नहीं मिलदा, पर ऐ आ बई हुण बाण लग्गिया होया, जवी बाण लागे तवी रोस जागे, इन्हां दियां उह देखो अहमद शाह अब्दाली अफगानिस्तान तों चल के आउंदा सी, अफगानिस्तान तो दिल्ली तक उन्होंने गां गुजरात जिथे मर्जी बढ़ जाए उन्होंने कोई रोक टोक नहीं सी, वह इधरों इन्हों लुट पुट के इन्हों दियां जवान बहु बेटियां बंदी बना के अपने नाल गजनी दे विच टके टके नूं वेचदा रहा, पता है इन्हों अब्दाली इधरों लुट पुट के आया, जब थोड़े जे सिंह हो गए मिसलां दे विच माड़े जे कायम हो गए थोड़ी जी पावर हो गई तो घेर लिया, 22,000 इन्हां दियां औरतां हिंदू औरतां नौजवान छडाइयां, हिंदू औरतां छडाइयां 22,000 इन्हां दियां, और उन्हां नूं घरों घरी पहुंचाया, भाई तू कित्थे दे आ, तेरा किहड़ा पिंड ग्रां है किहड़ा ओह आ, जिन्हां नूं इन्हां ने देखो उन्हां दा कसूर तां कोई नहीं सी, एक रजवाड़ा लै गया अपने नाल बंधो जोरी, इन्हां चों कई ने उन्हां औरतां नूं रखिया भी नहीं, अपनिया ही धीआं भैणां नूं घर नहीं रखिया, उन्हां दे सिंघां दे नाल ही उन्हां दी मर्जी दे नाल आनंद कारज कराए, उन्हां नूं साडे अपने धर्म च लैके आंदा, और ये सानूं असीं ओह इन्हां दे सारिआं तों वड्डे दुश्मन। फिर अब्दाली कहिंदा कहिंदा बई ऐ करो बई ये मैनू सिख दिखा तां सही किहड़े ने, जकरिया खान नूं कहिंदा देखां तां सही किहे जे ने, कहिंदा जी चलो फिर अज रात नूं जद अपना जशन चलदा होगा उदों तुहानूं इन्हां दी इक नकल दिखाउने आ, कहिंदा ठीक है जी। उहने अपने भंड कट्ठे कीते बई अज तुसीं सिखां दी नकल करके बादशाह नूं दिखाउणी आ, अब्दाली नूं आ गए जी, आमो सामने नकलीए बैठ गए, बैठे हुए तो चलो जब नकल शुरू हुई एक मरिया आ जा मेरे वर्गा आया, वो सिंह फरतीला आउंदा सारे 5-7 दे गाटे जे ला के परे करके आ गया, हो गया आ बोलिया, पर जकरिया कहिंदा जी आ कुछ करदे ने जकरिया कहिंदा आ कुछ करदे ने, कहिंदा हुण असीं की करिए, वो कहिंदा ये रहिंदे कित्थे ने, कहिंदा घर तां आए हो नी पतंदरां दा, घर तां इन्हां दा घोड़े दी काठी आ, रहण बसेरा कहिंदा जंगलां च लुक जांदे ने, कित्थों लभीए इन्हां नूं, वो कहिंदा जकरिया खान भुल जा भुल, कहिंदा ए आउण वाले बादशाह ने इस मुल्क दे जिन्हां नूं तूं श्री अकाल जिन्हां नूं तूं यह दसदा ना ये बादशाह बन गए, एक दिन अज बन जाण कल नूं बन जाण, और फिर होया भी थोड़े सामने ही आ, खोया राज फिर महाराजा रणजीत सिंह ने राज भी किया 40 साल एन पूरे गड़के नाल राज किया, उहदे राज दे विच एक भी बंदे नूं सजा नहीं उह दित्ती उस बंदे ने, ऐसा बादशाह होना चाहिए, और अज थोनू फिर ओहे जे राजे दी लोड़ आ, तुसीं सब कुछ देख लिया, थोनू ओहे जे राजे दी लोड़ आ, कोई सोहना सुनखा नहीं ज्यादे चाहीदा, मैं 4 लाइनां लिखियां ने थोनू सुणाउणा, नाले तुसीं तैयार रहो अन्ना या सजाखा होवे भावे होवे काणायो, होवे महाराणियां दे राणियां दा राणायो,
सारे ही पंजाब दे ओए नेड़े तेड़े रहिए सारे गुरुआ दे खाब दे इको अख नाल वेखे मंदर मसीत नू भेज बाबा नानका तू फेर रणजीत नू भेज बाबा नानका तू फेर रणजीत नू अन्ना या संजाखा होवे खखड़ी करले कौम माला च परोई सी खालसे दी जग उते जय जयकार होई सी खालसे दी जग उते जय जयकार होई सी ओए फेर हथ पाया इने गुरुआ दे मीत नू भेज बाबा नानका तू फेर रणजीत नू भेज बाबा नानका तू फेर रणजीत नू कलगियां वाला साडे टीका एक ला गया कलगियां वाला साडे टीका एक ला गया हाथ च भगौती हीले मुके ते फड़ा गया हाथ च भगौती हीले मुके ते फड़ा गया हाकमां ने तंग कीता गुरुआ दे मीत नू भेज बाबा नानका तू फेर रणजीत नू भेज बाबा नानका तू फेर